ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਸ ਕਰਦੇ ਹਾਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ। ਅਸੀਂ ਆਏ ਹੋਏ ਹਾਂ ਜੀ ਗੁਜਰਾਤ ਅਹਿਮਦਾਬਾਦ ਪਰਮਵੀਰ ਸਿੰਘ ਕੋਲੋਂ, ਅਤੇ ਕੱਲ੍ਹ ਦਾਸ ਦਾ ਜਨਮ ਦਿਨ ਸੀਗਾ ਅਤੇ ਆਪ ਸੰਗਤਾਂ ਨੇ ਬਹੁਤ ਅਸੀਸਾਂ ਬਖਸ਼ਿਸ਼ ਕੀਤੀਆਂ, ਬਹੁਤ ਪਿਆਰ, ਇੰਨੇ ਕੁ ਮੈਸੇਜ ਆਏ, ਉਹ ਭਾਵੇਂ ਮੇਰੇ ਆਪਣੇ ਪਰਸਨਲ ਨੰਬਰ 'ਤੇ ਕਾਲਸ ਆਏ, ਉੱਧਰੋਂ ਇੰਸਟਾਗ੍ਰਾਮ 'ਤੇ ਆਏ, ਅਤੇ ਉੱਧਰੋਂ ਫੇਸਬੁੱਕ, ਜਿੰਨੇ ਵੀ ਪਲੇਟਫਾਰਮਸ ਹੈਗੇ ਨੇ, ਇੰਨੀਆਂ ਆਪ ਸੰਗਤਾਂ ਨੇ ਅਸੀਸਾਂ ਬਖਸ਼ਿਸ਼ ਕੀਤੀਆਂ ਜਿਹਦਾ ਅਸੀਂ ਦੇਣਾ ਨਹੀਂ ਦੇ ਸਕਦੇ। ਇਹ ਸਭ ਸਤਿਗੁਰਾਂ ਦੇ ਕੀਰਤਨ ਦੀ ਬਦੌਲਤ ਹੈ, ਸਤਿਗੁਰਾਂ ਦੀ ਬਾਣੀ ਦੀ ਬਦੌਲਤ ਹੈ ਜੋ ਤੁਸੀਂ ਇੰਨਾ ਪਿਆਰ ਕਰਦੇ ਹੋ। ਇਹ ਵਡਿਆਈ ਸਤਿਗੁਰ ਦੀ ਬਾਣੀ ਦੀ ਹੈ ਜੀ। ਆਪ ਸਾਰੀਆਂ ਸੰਗਤਾਂ ਦਾ ਪਠਾਨਕੋਟ ਧੰਨਵਾਦ ਹੈ ਜੀ। ਸੋ ਹੁਣ ਅਸੀਂ ਜਾ ਰਹੇ ਹਾਂ ਜੀ ਕਿਤੇ ਪ੍ਰਸ਼ਾਦਾ ਪਾਣੀ ਛਕਣ ਲਈ, ਇੱਕ ਰੈਸਟੋਰੈਂਟ ਹੈਗਾ ਇੱਥੇ, ਅਤੇ ਪਰਮਵੀਰ ਜੀ ਕਹਿ ਰਹੇ ਨੇ ਕਿ ਉੱਥੋਂ ਸਾਰਾ ਅਹਿਮਦਾਬਾਦ ਨਜ਼ਰ ਆਉਂਦਾ, ਘੁੰਮਦਾ ਵੀ ਹੈ, ਤੇ ਉਹ ਘੁੰਮੇਗਾ ਨਾਲ ਘੁੰਮ ਘੁੰਮ ਕੇ ਆਪਾਂ ਨਾ ਪ੍ਰਸ਼ਾਦਾ ਛਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਜੀ ਇਸ਼ਪ੍ਰੀਤ ਸਿੰਘ, ਤੁਹਾਨੂੰ ਪਤਾ ਹੀ ਹੈ, ਤੁਸੀਂ ਦੇਖਿਆ ਹੋਣਾ ਵਲੌਗ ਦੇ ਵਿੱਚ ਕਾਫੀ, ਬੰਬੇ ਤੋਂ ਇਹ ਵੀ ਆਇਆ ਜੀ ਜਨਮ ਦਿਨ ਮਨਾਉਣ ਲਈ। ਜਨਮ ਦਿਨ ਮਨਾਉਣਾ ਕਿ ਉੱਧਰ ਘੁੰਮਣਾ? ਹਾਂ, ਮਨਜੋਤ ਸਿੰਘ ਬੈਠੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਪਾਂ ਚੱਲਦੇ ਹਾਂ ਜੀ, ਬਾਕੀ ਅਪਡੇਟਾਂ ਤੁਹਾਨੂੰ ਦਿੰਦੇ ਹਾਂ, ਅਤੇ ਪਹਿਲਾਂ ਆਪਾਂ ਪ੍ਰਸ਼ਾਦਾ ਚੱਕੀਏ ਜੀ। ਆਓ ਜੀ, ਇਹ ਹੈ ਜੀ ਪੁਰਾਣਾ ਅਹਿਮਦਾਬਾਦ, ਇਹਦੀਆਂ ਫੋਟੋਜ਼ ਹੈ। ਸਾਰਾ ਪੁਰਾਣਾ ਅਹਿਮਦਾਬਾਦ ਜੀ, ਛੋਟੇ ਛੋਟੇ ਆਟੋ, ਵੁੱਡ ਕਰਾਫਟ। ਲਓ ਜੀ ਗੁਰਵੀਰ ਸਿੰਘ ਵੀ ਆ ਗਿਆ, ਸਾਰਾ ਪਰਿਵਾਰ ਆਇਆ ਜੀ। ਲਓ ਜੀ ਹੁਣ ਜਾ ਰਹੇ ਹਾਂ ਅਸੀਂ ਉੱਤੇ, ਮਤਲਬ ਰੈਸਟੋਰੈਂਟ 'ਤੇ, ਜ਼ਿਆਦਾ ਉੱਤੇ ਨਹੀਂ। ਥੋੜਾ ਜਿਹਾ ਥੱਲੇ, ਵਾਹ ਵਿਊ ਦੇਖੋ ਤੁਸੀਂ। ਇਹ ਸਾਬਰਮਤੀ ਨਦੀ ਹੈ ਜੀ, ਇਹ ਸਾਬਰਮਤੀ ਤੇ ਕਈ ਤੁਸੀਂ ਗਾਣੇ ਸੁਣੇ ਹੋਣਗੇ ਪੁਰਾਣੇ ਪੁਰਾਣੇ। ਬਾਰੀ ਫੋਟੋ ਆ ਰਹੀ ਹੈ। ਲਓ ਜੀ ਬਾਹਰ ਦਾ ਮਾਹੌਲ ਦੇਖੋ। ਅਮਨਜੋਤ ਸਿੰਘ, ਮੈਂ ਕਿਹਾ ਕਿਤੇ ਇਹ ਨਾ ਆਵੇ ਆਪਾਂ ਬੁਫੇ ਉੱਥੋਂ ਲੈ ਕੇ ਆਈਏ, ਇਹ ਉਹ ਘੁੰਮਿਆ ਹੋਵੇ, ਅੱਗੇ ਨੂੰ ਪਹੁੰਚਿਆ ਹੋਵੇ ਸਾਡਾ ਟੇਬਲ, ਤੇ ਆਪਾਂ ਸਮਝੀਏ ਕਿ ਸਾਡਾ ਟੇਬਲ ਉੱਥੇ ਹੈ। ਅੱਛਾ, ਫੀਲ ਕਰਾ ਰਹੇ ਪੂਰਾ। ਅੱਛਾ, ਰਿਵੋਲਵਿੰਗ ਹੈ ਜੀ, ਇਹ ਵੀ ਗਿਰੇਗਾ ਨਹੀਂ। ਅੱਛਾ, ਕੁਛ ਨਹੀਂ ਕਰੂ, ਉਲਟਾ ਵੀ ਕਰਦਾ ਤਾਂ ਵੀ ਨਹੀਂ ਨਹੀਂ ਗਿਰੇ। ਵਾਹ, ਇਹ ਹੈ ਜੀ ਹਰਪ੍ਰੀਤ ਸਾਡਾ, ਬਹੁਤ ਅੱਛੀ ਫੋਟੋ, ਕੀ ਬਾਤ ਹੈ। ਅੱਛਾ ਅੱਛਾ ਭਾਜੀ, ਇਹ ਕੀ ਨਾਮ ਹੈ ਰੈਸਟੋਰੈਂਟ ਦਾ? ਪਤੰਗ ਹੋਟਲ। ਪਤੰਗ ਹੋਟਲ, ਸੋ ਆ ਹੈ ਜੀ ਪਤੰਗ ਹੋਟਲ ਦੀ ਮੇਨ ਬਿਲਡਿੰਗ, ਪਤੰਗ ਕਾਈਟ। ਹਾਂ ਕਾਈਟ,
ਗਲਾਸ ਪਾਣੀ ਸਿੱਟ ਕੇ ਦੱਸੋ ਜਰਾ। ਹਾਂ ਨਹੀਂ ਡਿੱਗਦਾ ਨਹੀਂ ਹੈ ਨਾ ਪਾਣੀ, ਕਮਾਲ ਹੈ। ਇਹ ਫਲੇਵਰ ਕੀ ਹੈ? ਵਧੀਆ ਦੇਖੋ ਆਹ ਕੁਛ ਆਇਆ ਜੀ, ਦੋ ਮਾਟ ਵੀ ਸਾਬੂਦਾਨਾ ਪਾਪੜ ਕਿੱਦਾਂ ਦਾ ਲੱਗਾ? ਪਾਪੜ ਅੱਛਾ, ਬਹੁਤ ਵਧੀਆ ਨਾ ਭਾਈ, ਖਾਓ ਸੂ। ਅੱਛਾ ਖਾਓ ਸੂ। ਮੈਂ ਸਿਮਰਨ ਨੂੰ ਕਿਹਾ, ਮੈਂ ਕਿਹਾ ਰਾਗੀ ਲੱਗਦਾ, ਕਹਿੰਦਾ ਰਾਗੀ ਤਾਂ ਨਹੀਂ ਹੈ। ਅੱਛਾ ਰਾਗੀ ਦਾ ਆਟਾ। ਲਓ ਜੀ ਇਹ ਸੂਪ ਮੈਂ ਘਰ ਵੀ ਬਣਾਇਆ ਸੀਗਾ, ਖਾਓ ਸੂਏ। ਉਹ ਵਿਚਾਰੀ ਸਰਵ ਕਰਨਾ, ਇਹ ਕਹਿੰਦੀ ਇਹ ਕੋਕੋਨਟ ਮਿਲਕ ਨਾਲ ਬਣਦਾ। ਮੈਂ ਕਿਹਾ ਭਾਈ ਸਾਹਿਬ ਆਪ ਬਣਾਉਂਦੇ ਘਰ ਸ਼ੈਫ ਹੈ? ਕਹਿੰਦੀ ਕੀ ਬਾਤ ਕਰ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਕੀ ਹਾਲ ਹੈ? ਵਾਹ 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 ਜੀ, ਆਹ ਦੇਖੋ ਜੀ ਮਾਹੌਲ ਚਾਲ ਕਿੱਡਾ ਸੋਹਣਾ ਆ। ਵਾਹ ਸਾਰਾ ਹੋਟਲ ਦੇਖੋ ਘੁੰਮ ਰਿਹਾ ਹਜੇ ਵੀ। ਸੋ ਆਹ ਦੇਖੋ ਮੈਂ ਘੁੰਮ ਕੇ ਆ ਗਿਆ ਫਿਰ ਉੱਥੇ। ਦੇਖੋ ਜੀ ਵਾਹ, ਕੀ ਕਹਿ ਰਹੇ ਸੀਗੇ? ਮੈਂ ਕਿਹਾ ਚੀਜ਼ ਇੰਨੀ ਅੱਛੀ ਲੱਗ ਰਹੀ ਹੈ, ਖਾਣ ਨੂੰ ਜੀ ਨਹੀਂ ਕਰ ਰਿਹਾ, ਦੇਖਣ ਨੂੰ ਜੀ ਕਰ ਰਿਹਾ। ਬਿਸਕਿਟ ਚਾਹ ਚ ਡੁਬੋ ਕੇ ਤਾਂ ਬਹੁਤ ਖਾਂਦਾ ਮਤਲਬ ਖਰਾਬ ਕਰਨ ਨੂੰ ਦਿਲ ਨਹੀਂ ਕਰ ਰਿਹਾ ਇਹਨੂੰ, ਇੰਨੀ ਡਰਾਇੰਗ ਅੱਛੀ। ਦੇਖੋ ਜੀ ਵਿਊ ਦੇਖੋ ਤੁਸੀਂ, ਓਏ ਹੋਏ ਕੀ ਬਾਤ ਹੈ। ਮਤਲਬ ਤੁਹਾਡੇ ਪਿੱਛੇ ਵਿਊ ਕੈਸਾ? ਲਓ ਜੀ ਅਸੀਂ ਹੁਣ ਰੈਸਟੋਰੈਂਟ ਤੋਂ ਖਾ ਕੇ ਸ਼ਾਦਾ ਪਾਣੀ ਛੱਕ ਕੇ ਤੇ ਹੁਣ ਅਸੀਂ ਇੱਥੇ ਆਏ ਹਾਂ ਜੀ। ਪਰਮਵੀਰ ਸਿੰਘ ਨੇ ਸਾਨੂੰ ਨਾ ਥੋੜਾ ਜਿਹਾ ਲੇਟ ਦੱਸਿਆ ਪਰ ਐਸਾ ਕੁਛ ਕੀ ਸਾਡੇ ਨੂੰ ਥੋੜਾ ਜਿਹਾ ਟੈਨਸ਼ਨ ਹੋ ਗਈ। ਟੈਨਸ਼ਨ ਇਸ ਗੱਲ ਦੀ ਹੋਈ ਹੈ ਇੱਥੇ ਆਇਆ ਜੀ ਹੈਲੀਕਾਪਟਰ ਰਾਈਡ ਲੈਣ ਲਈ। ਇਹ ਸੱਚੀ ਗੱਲ ਹੈ ਕਿ ਐਵੇਂ ਕੋਈ ਖਡਾਉਣਾ ਤਾਂ ਨਹੀਂ? ਅਸਲੀ ਵਾਲਾ ਵਾਟੂ। ਵਾਹਿਗੁਰੂ ਦੇਖ ਦਿਓ, ਦੱਸਦਾ ਵੀ ਨਹੀਂ ਹੈ, ਟੈਨਸ਼ਨ ਦੇ ਦਿੰਦਾ, ਪਤਾ ਨਹੀਂ ਹਿੱਲਣ ਨਾ ਲੱਗ ਪਵੇ ਉੱਪਰ ਜਾ ਕੇ ਕਿਤੇ। ਚਲੋ ਇਹ ਤਾਂ ਇੱਦਾਂ ਲੱਗਦਾ ਕੋਰੀਡੋਰ ਜਾ ਰਹੇ ਹਾਂ ਕਰਤਾਰਪੁਰ ਸਾਹਿਬ। ਭਾਜੀ ਪੂਰੇ ਫਲਾਈਟ ਵਾਲਾ ਮਾਹੌਲ ਬਣਾਇਆ ਪਿਆ ਉੱਧਰ ਦੇਖੋ। ਚੈਕ ਇਨ ਕੀ ਕਰਾਉਣਾ? ਚੈਕ ਇਨ ਬਹਿ ਕੇ ਕੋਈ ਨਹੀਂ ਹੈ।
ਲਓ ਜੀ ਚੱਲੇ ਹਾਂ ਜਹਾਜ਼ ਵਾਲੀ ਸਾਈਡ, ਇੱਥੇ ਆਏਗਾ ਇਹ ਪੈਡ ਹੈ ਜੀ ਹੈਲੀਪੈਡ। ਲੋ ਜੀ ਭਾਈ ਸਾਹਿਬ ਜਾ ਰਹੇ ਅੰਦਰ, ਵਾਪਸ ਆ ਗਏ ਭਾਈ ਸਾਹਿਬ, ਵਾਪਸ ਆ ਗਏ।
ਵੀ ਆ ਗਏ ਮੁੰਡੇ। ਹਾਂਜੀ ਲਓ ਜੀ, ਅਸੀਂ ਹੁਣ ਆਏ ਹਾਂ ਜੀ ਦੁੱਧ ਪੀਣ। ਇੱਥੇ ਪਰਮਵੀਰ ਕਹਿੰਦਾ ਕੋਈ ਬਹੁਤ ਖਾਸ ਹੈਗਾ ਦੁੱਧ ਦਾ, ਪਤਾ ਨਹੀਂ ਕਾਲਾ ਹੋਇਆ ਦੁੱਧ, ਕਾਲਾ ਹੋਇਆ, ਅੱਛਾ ਕਾਲਾ ਹੋਇਆ ਦੁੱਧ ਡਰਾਈ ਫਰੂਟ ਕੜਿਆ ਹੋਇਆ। ਅਤੇ ਉਹਨੂੰ ਕਹਿੰਦਾ ਨਹੀਂ ਮਲਾਈ ਨਾ ਪਾਵੇ ਭਰਾਵਾ, ਮੈਂ ਮਲਾਈ ਤੋਂ, ਮੈਂ ਮਲਾਈ ਨਹੀਂ ਕਮ ਸ਼ੱਕਰ, ਕਮ ਸ਼ੱਕਰ ਮਲਾਈ ਨਹੀਂ ਡਾਲ ਕੇ, ਨਹੀਂ ਨਹੀਂ ਭਰਾਵਾ ਮਲਾਈ 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 ਵੇਖ ਕੇ ਮੈਨੂੰ ਚੱਕਰ ਆਉਣ ਲੱਗ ਪੈਂਦੇ, ਇੰਨੀ ਮਲਾਈ ਤੋਂ ਮੈਨੂੰ ਉਹ ਹੈ, ਸਾਨੂੰ ਮਲਾਈ ਨਾ ਖਲਾਈ ਹੈ। ਮੈਂ ਕਿਹਾ ਉਹਨੂੰ ਕਹਿੰਦਾ ਸਾਨੂੰ ਮਲਾਈ ਨਾ ਖਲਾਈ। ਵਾਹ ਵਾਹ, ਆ ਲਓ ਲਓ ਲਓ, ਸ਼ਕਰ ਕੰਮ ਹੈ ਪੂਰੀ ਡਾਲਾ ਕਰੋ ਨਾ। ਲਓ ਜੀ ਇਹ ਹੈ, ਓਹੋ ਹਾਂਜੀ ਕਿੱਦਾਂ ਵਿਦਆਊਟ ਮਲਾਈ ਜਾਣਾ ਹੈ ਨਾ, ਚਲੋ ਜੀ ਤੁਹਾਨੂੰ ਪਤਾ ਲੱਗ ਹੀ ਗਿਆ, ਬਾਕੀ ਮੈਂ ਵੀ ਪੀਨਾ ਹੁਣ।